ਬਿਲਕੁਲ ਜੀ ਕੇਸਰੀਆ ਬਾਲ ਇੱਕ ਤੋਂ ਪੋਸਟਰ ਸੇ ਪਿਛੇ ਹਟੋ ਮੈਡਮ ਵੋ ਵਾਲਾ ਪੋਸਟਰ ਕੇਸਰੀਆ ਬਾਲ ਚਲੋ ਕੇਸਰੀਆ ਬਾਲਮ ਬਹੁਤ ਅੱਛਾ ਗਾਣਾ ਹੈ ਔਰ ਥੈਂਕ ਯੂ ਅਨੂਪ ਜੀ ਆਪਨੇ ਬੁਲਾਇਆ ਮੁਝੇ ਇਹਨਾਂ ਨੇ ਮੇਰਾ ਬਹੁਤ ਖਰਚਾ ਵੀ ਕਰਾ ਦਿਆ ਤੋ ਮੇਰਾ ਪੂਰਾ ਪਲੈਨ ਥਾ ਕਿ ਮੈਂ ਮੁੰਬਈ ਨਾ ਹੀ ਆਊਂ ਡੈਲੀ ਮੈਂ ਆਪਣੀ ਫੈਮਿਲੀ ਕੇ ਸਾਥ ਬਰਥਡੇ ਸੈਲੀਬ੍ਰੇਟ ਕਰੂੰ ਔਰ ਇਹਨਾਂ ਨੇ ਬੋਲਾ ਨਹੀਂ ਯਾਰ 4 ਵਜੇ ਆਉਣਾ ਮੈਂ ਇਨਕੋ ਬਤਾ ਵੀ ਨਹੀਂ ਪਾਇਆ ਕਿ ਮੇਰਾ ਬਰਥਡੇ ਤੋ ਫਿਰ ਮੈਂ ਕਿਹਾ ਚਲੋ ਮੈਂ ਆ ਜਾਤਾ ਹੂੰ ਅਬ ਜਬ ਮੈਂ ਯਹਾਂ ਪੇ ਆ ਗਿਆ ਤੋ ਬਹੁਤ ਸਾਰੇ ਫਰੈਂਡਸ ਕਹਤੇ ਨਹੀਂ ਯਾਰ ਅਬ ਬੈਠੇ ਬੈਠੇ ਇਹਨਾਂ ਨੇ ਖਰਚਾ ਕਰਾ ਦੇ ਬਟ ਗਾਣਾ ਬਹੁਤ ਅੱਛਾ ਹੈ ਐਂਡ ਸੋਮੀ ਐਂਡ ਦੀਪਕ ਦੋਨੋਂ ਇਤਨੇ ਕਿਊਟ ਲੱਗ ਰਹੇ ਹੈ ਔਰ ਮੈਮ ਨੇ ਬਹੁਤ ਅੱਛਾ ਗਾਣਾ ਗਾਇਆ ਸੋ ਮੈਨੀ ਮੈਨੀ ਕੰਗਰੈਚੁਲੇਸ਼ਨ ਮਤਲਬ ਤਰਜ ਜੀ ਵੀ ਆ ਗਏ ਸ਼ੈਲਿੰਦਰ ਜੀ ਕਾ ਵੀ ਮੈਂ ਫੈਨ ਹੂੰ ਜੀਤੋ ਜੀ ਵੀ ਪਹੁੰਚ ਚੁੱਕੇ ਸੋ ਜਬ ਵੀ ਅਨੂਪ ਜੀ ਬੁਲਾਏਗੇ ਯਹੀ ਹੈ ਮੁੰਬਈ ਕੀ ਇੱਕ ਖਾਸ ਬਾਤ ਕਿ ਯਹਾਂ ਸਿਰਫ ਰਿਲੇਸ਼ਨ ਚਲਤੇ ਹੈ ਆਰਟਿਸਟ ਬੜਾ ਹੋ ਛੋਟਾ ਹੋ ਲੇਕਿਨ ਜਬ ਵੀ ਹਮ ਇੱਕ ਦੂਸਰੇ ਕੋ ਯਾਦ ਕਰਤੇ ਹਮ ਇੱਕ ਦੂਸਰੇ ਕੇ ਖੜੇ ਹੋਤੇ ਹੈ ਸੋ ਅਨੂਪ ਜੀ ਆਪਕੋ ਬਹੁਤ ਸ਼ੁਭਕਾਮਨਾਏ ਯੂ ਸੈਂਗ ਇਟ ਵੈਰੀ ਵੈਲ ਔਰ ਸੋਮੀ ਐਂਡ ਦੀਪਕ ਕੋ ਮੈਂ ਬਿਗ ਬੋਸ ਸੇ ਹੀ ਪਹਿਚਾਨਣੇ ਲਗਾ ਹੂੰ ਔਰ ਯਕੀਨ ਕਰੋ ਮੈਨੇ ਬਹੁਤ ਬਿਗ ਬੋਸ ਦੇਖਾ ਤੁਹਾਡਾ ਔਰ ਕਭੀ ਕਭੀ ਤੁਮੇ ਗੁੱਸਾ ਵੀ ਆਤਾ ਥਾ ਔਰ ਪਿਆਰ ਵੀ ਆਤਾ ਔਰ ਦੋਨੋਂ ਇਤਨੇ ਪਿਆਰੇ ਹੈ ਐਂਡ ਸਭ ਅਭੀ ਯਹਾਂ ਬੈਠੀ ਹੈ ਔਰ ਪਤਾ ਨਹੀਂ ਸ਼ਰਿੰਕ ਹੋ ਗਏ ਦੋਨੋਂ ਟੀਵੀ ਪੇ ਬਹੁਤ ਤਗੜੇ ਤਗੜੇ ਲਗਤੇ ਥੇ ਔਰ ਰੀਨਾ ਜੀ ਆਪਨੇ ਬਹੁਤ ਅੱਛਾ ਗਾਣਾ ਗਾਇਆ ਸੋ ਨੈਕਸਟ ਟਾਈਮ ਮੈਂ ਵੀ ਆਪਕੇ ਸਾਥ ਇੱਕ ਗਾਣਾ ਕਰੂੰਗਾ ਅਨੂਪ ਜੀ ਮਿਊਜ਼ਿਕ ਕਰ ਦੇਂਗੇ ਔਰ ਜਸੀ ਭਾਜੀ ਹਮਾਰੇ ਬੈਠੇ ਹੈ ਦਿਲ ਲੱਗੇ ਗੁਰੂ ਗੁਜਰਾਤ ਦੇ ਔਰ ਜੈਜ਼ਿਮ ਵੈਰੀ ਟੈਲੈਂਟਡ ਸੋ ਮੈਂ ਯਹੀ ਬੋਲਣਾ ਚਾਹੂੰਗਾ ਕਿ ਅਨੂਪ ਜੀ ਕਿ ਆਪਨੇ ਹਮਾਰੇ ਲਈ ਜੈਸੇ ਮੈਂ ਅਭੀ ਗੂਗਲ ਪੇ ਮੇਰੀ ਏਜ ਤੋਂ ਪਤਾ ਚਲੀ ਗਈ ਸਭਕੋ 42 ਹੋ ਗਿਆ ਮੈਂ ਲੇਕਿਨ ਆਪਨੇ ਨਵਾਂ ਰਸਤਾ ਖੋਲ ਦਿਆ ਮੇਰੇ ਲਈ ਜਬ ਵੀ ਮੈਨੂੰ ਲੱਗਦਾ ਕਿ ਮੈਂ ਬਹੁਤ ਬੁੱਢਾ ਹੋ ਗਿਆ ਹਾਂ ਤੋ ਮੈਨੂੰ ਐਸੇ ਲੋਕ ਇੰਸਪਾਇਰ ਕਰਦੇ ਹੈ ਅਬ ਇਹ ਬਿਗ ਬੋਸ ਮੈਂ ਚਲ ਗਏ ਇਟ ਮੀਨਸ ਕਿ ਮੈਂ ਵੀ ਇਨਕੀ ਏਜ ਮੈਂ ਬਿਗ ਬੋਸ ਜਾਊਂਗਾ ਔਰ ਮੈਨੂੰ ਵੀ ਕੋਈ ਪਿਆਰੀ ਜਸਲੀਨ ਮਿਲ ਸਕਦੀ ਹੈ ਸੋ ਅਨੂਪ ਜੀ ਆਪਕਾ ਮੈਂ ਬਹੁਤ ਫੈਨ ਹੂੰ ਐਂਡ ਤਰਜ ਜੀ ਕਾ ਵੀ ਔਰ ਥੈਂਕ ਯੂ ਸੋ ਮਚ ਫੋਰ ਮੇਕਿੰਗ ਮੀ ਫੀਲ ਸੋ ਸਪੈਸ਼ਲ ਐਂਡ ਵਾਂਸ ਅਗੇਨ ਬਹੁਤ ਬਹੁਤ ਸ਼ੁਭਕਾਮਨਾਏ ਥੈਂਕ ਯੂ ਸੋ ਮਚ ਮੈਂ ਚਾਹੂੰਗਾ ਟੀਮ ਕੋ ਬੁਲਾ ਕਰ ਯਹਾਂ ਪਰ ਜੀ ਦੀਪਕ ਕਮਾਲ ਲੱਗ ਰਿਹਾ ਇਤਨਾ ਕਿਊਟ ਲੱਗ ਰਿਹਾ ਤੂੰ ਐਕਟਿਵ ਵੀ ਕਰਨ ਲੱਗਿਆ